ਅੱਜ ਦੀ ਵੀਡੀਓ ਜਿਹੜੀ ਹੈ ਤੁਸੀਂ ਸਾਰੀ ਵੇਖਣੀ ਹੈ ਬਹੁਤ ਇਨਫੋਰਮੇਟਿਵ ਵੀਡੀਓ ਹੋਣ ਵਾਲੀ ਹੈ ਅੱਜ ਦੀ ਵੀਡੀਓ ਚ ਅਸੀਂ ਗੱਲ ਕਰਾਂਗੇ ਕਾਰਤਾਰਿਸ ਪਾਰਮਿਓ ਸਪੇਜ਼ਾ 2003 ਇੱਥੇ ਸੀ ਆਲਰੇਡੀ ਵੀਡੀਓ ਬਣਾ ਚੁੱਕੇ ਤਾਂ ਲੇਕਿਨ ਅੱਜ ਦੀ ਵੀਡੀਓ ਚ ਅਸੀਂ ਇਹ ਗੱਲ ਕਰਾਂਗੇ ਕਾਰਡ ਕਿਦੋਂ ਆ ਰਿਹਾ ਵੇ ਔਰ ਕਿਹਨਾਂ ਕਿਹਨ ਨੂੰ ਮਿਲ ਰਿਹਾ ਵੇ IMS ਨੇ ਆਪਣੇ ਮੈਸੇਜ ਨੰਬਰ 1958 ਦੇ ਵਿੱਚ ਕਹਦਾ ਕਲੀਅਰ ਕਰਤਾ ਵੇ ਕਿ ਇਹ ਕਾਰਡ ਜਿਹੜਾ ਕਿਹਨਾਂ ਨੂੰ ਮਿਲੇਗਾ ਔਰ ਇਦੋਂ ਮਿਲੇਗਾ ਸਭ ਤੋਂ ਪਹਿਲੀ ਗੱਲ ਹੈ ਵੀ ਕਿ ਇਹਦੇ ਵਾਸਤੇ ਜਿਹੜੀ ਮੇਨ ਸ਼ਰਤ ਹੈ ਉਹ ਇਹ ਹੈ ਕਿ ਜਿਹੜੇ ਵੀ ਫੈਮਿਲੀ ਮੈਂਬਰ ਨੇ ਉਹ ਸਾਰੇ ਅਫੀਚੋਨੋਗ੍ਰਾਫ ਜਿਹੜਾ ਤੁਹਾਡਾ ਕਮੂਨ ਹੈ ਉਹ ਰਜਿਸਟਰਡ ਹੋਣੇ ਚਾਹੀਦੇ ਨੇ ਔਰ ਤੁਹਾਡੀ ਜਿਹੜੀ ਮਿਨੀਮਮ ਜਿਹੜੀ ਈਜ਼ੀਦੀ ਰਿਕੁਆਇਰਮੈਂਟ ਹੈ ਉਹ ਇੱਕ 15000 ਰੁਪਏ ਤੋਂ ਕੱਟ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਅਸੀਂ ਆਏ ਨੇ ਪ੍ਰਾਇਰੀਟੀ ਕਿਹਨਾਂ ਨੂੰ ਪਹਿਲੇ ਮਿਲਣਗੇ ਇੱਕ ਨੰਬਰ ਤੇ ਉਹ ਲੋਕ ਜਿਨ੍ਹਾਂ ਦੇ ਫੈਮਿਲੀ ਮੈਂਬਰ ਕਮਸ ਕਮ ਤਿੰਨ ਲੋਕ ਨੇ ਔਰ ਉਹਨਾਂ ਚੈੱਕ ਦੀ ਪਦਾਇਸ਼ ਜਿਹੜੀ ਹੈ ਉਹ 31 ਦਸੰਬਰ 2009 ਤੋਂ ਪਹਿਲੇ ਦੀ ਹੋਈ ਹੈ ਔਰ ਉਹਦੀ ਇਹਨਾਂ ਦੇ ਵੀ ਵੀਜ਼ੇ ਉਹ ਘੱਟ ਤੋਂ ਘੱਟ ਹੋਣੇ ਚਾਹੀਦੇ ਦੂਸਰੇ ਨੰਬਰ ਤੇ ਉਹ ਹੁੰਦੇ ਨੇ ਜਿਨ੍ਹਾਂ ਦੇ ਫੈਮਿਲੀ ਮੈਂਬਰ ਕਮਜ਼ ਕਮ ਤਿੰਨ ਹੋਣ ਔਰ ਉਹਨਾਂ ਵਿੱਚੋਂ ਇੱਕ ਦੀ ਪਦਾਇਸ਼ ਜਿਹੜੀ ਹੈ 31 ਦਸੰਬਰ 2005 ਤੋਂ ਪਹਿਲੇ ਦੀ ਹੋਈ ਹੋਏ ਔਰ ਉਹਨਾਂ ਦੀ ਵੀ ਜਿਹੜੀ ਵੀਜ਼ੇ ਉਹ ਘੱਟ ਤੋਂ ਘੱਟ ਹੋਣੀ ਚਾਹੀਦੀ ਹੈ ਤੀਸਰੇ ਨੰਬਰ ਤੇ ਉਹ ਲੋਕ ਨੇ ਕਮਜ਼ ਕਮ ਤਿੰਨ ਫੈਮਿਲੀ ਮੈਂਬਰ ਹੋਣੇ ਚਾਹੀਦੇ ਨੇ ਔਰ ਉਹਦੇ ਵਿੱਚ ਪਦਾਇਸ਼ ਦਾ ਕੋਈ ਜ਼ਿਕਰ ਨਹੀਂ ਲੇਕਿਨ ਐਵੇਂ ਕੋਣਾਂ ਦੀ ਵੀਜ਼ੇ ਜਿਹੜੀ ਹੈ ਉਹ ਕਮਜ਼ ਕਮ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਇਮਸ ਜਿਹੜਾ ਆਪਣੇ ਮੈਸੇਜ ਹੈ ਦੱਸ ਰਿਹਾ ਹੋਵੇ ਕਿ 11 ਜੂਨ ਤੋਂ ਪਹਿਲੇ ਪਹਿਲੇ ਇਸ ਤੇ ਜਿਹੜੀ ਤੁਹਾਡੇ ਜਿਹੜੀ ਤੁਹਾਡੇ ਇਜ਼ੇ ਉਹਦੀ ਬੇਸ ਦੇ ਉੱਤੇ ਤੁਹਾਡੇ ਕਮਿਊਨਾਂ ਨੂੰ ਭੇਜਾਈ ਗਈ ਕਮਿਊਨਿਆਂ ਵਾਲਾ ਕੋ 15 ਦਿਨ ਦਾ ਟਾਈਮ ਹੋਏਗਾ ਉਹਨੂੰ ਕਨਫਰਮ ਕਰਕੇ ਵਾਪਸ ਫੇਰ ਇਮਸ ਨੂੰ ਭੇਜਣਗੇ ਇਮਸਾਲੇ ਫਿਰ ਉਸ ਤੋਂ ਬਾਅਦ ਪੋਸਟ ਆਫਿਸ ਜਿਹੜੇ ਨੇ ਉਹਨਾਂ ਨੂੰ ਭੇਜਣਗੇ ਜਿੱਦੇ ਚ ਤੁਹਾਡੇ ਕਾਰਡ ਜਿਹੜੇ ਨੇ ਇਸ਼ੂ ਹੋਣਗੇ ਟੋਟਲ ਕਾਰਡ ਜਿਹੜੇ ਇਸ਼ੂ ਹੋਣਗੇ ਉਹ ਉਮੀਦਿਓ ਨੇ 300,000 ਲਾ ਕਾਰਟ ਜਿਹੜੇ ਕਿਸ਼ੂ ਹੋਣਗੇ ਔਰ ਬਾਈ ਨੇਮ ਆਉਣਗੇ ਜਿਉ ਤੁਹਾਡੇ ਕਾਰਡ ਤਿਆਰ ਹੋ ਜਾਣਗੇ ਉਸ ਤੋਂ ਬਾਅਦ ਤੁਹਾਨੂੰ ਇਨ ਕਾਰਡ ਜਿਹੜੇ ਇਹਦਾਂ ਤੁਸੀਂ ਆਪਣੀ ਜਿਹੜੀ ਬੇਸਿਕ ਜਿਹੜੀ ਜ਼ਰੂਰੀਅਤ ਤੇ ਜ਼ਿੰਦਗੀ ਦੀ ਚੀਜ਼ਾਂ ਤੁਸੀਂ ਉਹ ਖਰੀਦ ਸਕੋਗੇ ਔਰ ਜਿਹੜਾ ਟੋਟਲ ਜਿਹੜਾ ਤੁਹਾਨੂੰ ਪੈਸੇ ਮਿਲਣਗੇ ਸਿਰਫ ਇੱਕ ਦਫਾ ਮਿਲਣਗੇ ਉਹਨੇ 382 ਯੂਰੋ ਤੇ 50 ਸੈਂਟ ਕਾਰਡ ਜਿਹੜਾ ਵੇ ਉਹ ਤੁਹਾਨੂੰ ਐਕਟਿਵ ਕਰਨਾ ਪਏਗਾ 1 ਕਮ ਜੁਲਾਈ ਤੋਂ ਔਰ ਇਹ ਕਾਰਡ ਜੂ ਤੁਹਾਡਾ ਐਕਟਿਵ ਹੋ ਜਾਏਗਾ ਫਿਰ ਤੁਹਾਨੂੰ ਕਮਜ਼ ਕਮ ਇੱਕ ਟ੍ਰਾਂਜ਼ੈਕਸ਼ਨ ਜਿਹੜੀ ਹੈ ਉਹ 15 ਸਤੰਬਰ 2023 ਤੋਂ ਪਹਿਲੇ ਪਹਿਲੇ ਕਰਨੀ ਪਏਗੀ ਅਗਰ ਨਾ ਕਰੋਗੇ ਤੁਹਾਡਾ ਕਾਰਡ ਜਿਹੜਾ ਵੇ ਉਹ ਖਤਮ ਹੋ ਜਾਏਗਾ ਉਮੀਦ ਹੈ ਵੀਡੀਓ ਜਿਹੜੀ ਤੁਹਾਨੂੰ ਪਸੰਦ ਆਈ ਹੋਵੇਗੀ ਅਗਰ